ਸੰਗਜੀ ਆਓ ਹੁਣ ਦਰਸ਼ਨ ਕਰਦੇ ਹਾਂ ਸੀਸਮਾਰਗ ਯਾਤਰਾ ਦੇ ਅਗਲੇ ਪੜਾਅ ਦੇ ਇਹ ਹੈ ਤਰਾਵੜੀ ਦਾ ਇਤਿਹਾਸਿਕ ਗੁਰਦੁਆਰਾ ਸੀਸਕੰਜ ਸਾਹਿਬ ਪਾਤਸ਼ਾਹੀ ਨੋਮੀ ਜੋ ਕਰਨਾਲ ਵਿਖੇ ਦਿੱਲੀ ਪੰਜਾਬ ਹਾਈਵੇ ਤੋਂ ਕਰੀਬ 3 ਕਿਲੋਮੀਟਰ ਅੰਦਰ ਵੱਲ ਸਥਿਤ ਹੈ ਬਾਗਪਤ ਵਿੱਚ ਵਿਸ਼ਰਾਮ ਕਰਨ ਉਪਰੰਤ ਪਾਈ ਚੈਤਾ ਜੀ ਨੇ ਇਸ ਸਥਾਨ ਉਤੇ ਪਾਈ ਦੇਵਾ ਰਾਮ ਦੇ ਘਰ ਇੱਕ ਰਾਤ ਆਰਾਮ ਕੀਤਾ ਸੀ ਗੁਰੂ ਘਰ ਦਾ ਸ਼ਰਧਾਲੂ ਪਾਈ ਦੇਵਾ ਰਾਮ ਇਥੋਂ ਦੇ ਇਸ ਸ਼ਾਹੀ ਕਿਲੇ ਵਿੱਚ ਕੱਪੜੇ ਧੋਣ ਦੀ ਕਿਰਤ ਕਰਿਆ ਕਰਦਾ ਸੀ ਇਹ ਹੈ ਭੋਰਾ ਸਾਹਿਬ ਪਾਈ ਜੈਤਾ ਜੀ ਨੇ ਦੇਵਾਰਾਮ ਦੇ ਘਰ ਇਸ ਥੜੇ ਉੱਤੇ ਗੁਰੂ ਸਾਹਿਬ ਦਾ ਸੀਸ ਬਿਰਾਜਮਾਨ ਕੀਤਾ ਸੀ ਇੱਕ ਵਾਰ ਪਾਈ ਦੇਵਾਰਾਮ ਨੇ ਜਦੋਂ ਸ੍ਰੀ ਗੁਰੂ ਤੇਗ ਪਹਾੜੀ ਜੀ ਨੂੰ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕੀਤੀ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਪਾਈ ਤੇਵਾਰਾਮ ਜਦੋਂ ਅਸੀਂ ਆਏ ਤਾਂ ਸਾਨੂੰ ਪਛਾਣ ਲਵੇਗਾ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤੜਪ ਰਹੇ ਭਾਈ ਤੇਵਾਰਾਮ ਨੇ ਗੁਰੂ ਸਾਹਿਬ ਦੇ ਸੀਸ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਗੁਰੂ ਜੀ ਦੀ ਕਹੀ ਓਕਾਲ ਚੇਤੇ ਆ ਗਈ ਇਸ ਸਥਾਨ ਉੱਤੇ ਗੁਰੂ ਸਾਹਿਬ ਦਾ ਸੀਸ ਦੇਖ ਕੇ ਉਹ ਆਪਣੇ ਹੰਝੂ ਨਾ ਰੋਕ ਸਕਿਆ ਅਤੇ ਸਾਰੀ ਰਾਤ ਗੁਰੂ ਜੀ ਦੇ ਪਾਵਨ ਸੀਸ ਨੂੰ ਇੱਕ ਕੱਪੜੇ ਦੇ ਨਾਲ ਚਵਰ ਕਰਦਾ ਰਿਹਾ ਆਜ ਇੱਥੇ ਆਲੀਸ਼ਾਨ ਗੁਰਦੁਆਰਾ ਸਾਹਿਬ ਸਿशोਭਿਤ ਹੈ ਇਸ ਇਤਿਹਾਸਿਕ ਥਾਂ ਦੀ ਖੋਜ ਮਹਾਨ ਜਰਨੈ ਬਾਬਾ ਬੰਦਾ ਸਿੰਘ ਪਹਾਤਰ ਨੇ ਕੀਤੀ ਸੀ ਇਸ ਥਾਂ ਪਾਈ ਜੈਤਾ ਜੀ ਨੇ ਇੱਕ ਦਿਨ ਰੁਕ ਕੇ ਅਗਲੇ ਪੜਾ ਦਾ ਸਫ਼ਰ ਸ਼ੁਰੂ ਕੀਤਾ ਸੀ